Thank you.
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਕੋਮਲਦੀਪ ਕੌਰ ਤੁਹਾਡੇ ਸਾਹਮਣੇ ਇੱਕ ਭਾਸ਼ਣ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਵਿਸ਼ਾ ਹੈ ਪਰਿਵਾਰ ਵਿਛੋੜਾ। ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਜਦ ਗੁਰੂ ਜੀ ਦਾ ਕਾਫਲਾ ਸਰਸਾ ਨਦੀ ਤੇ ਪਹੁੰਚ ਚੁੱਕਿਆ ਸੀ, ਪਹੁੰਚਦਿਆਂ ਪਹੁੰਚਦਿਆਂ ਅੰਮ੍ਰਿਤ ਵੇਲਾ ਵੀ ਹੋ ਚੁੱਕਾ ਸੀ। ਸਰਸਾ ਦਾ ਪਾਣੀ ਬੜਾ ਚੜਿਆ ਹੋਇਆ ਸੀ। ਸਤਿਗੁਰੂ ਜੀ ਨੇ ਇੱਥੇ ਪਹੁੰਚ ਕੇ ਆਸਾ ਦੀ ਵਾਰ ਦਾ ਕੀਰਤਨ ਆਰੰਭ ਕਰਵਾ ਦਿੱਤਾ। ਪਿੱਛੇ ਜੰਗ ਜ਼ੋਰਾਂ ਤੇ ਹੋ ਰਿਹਾ ਸੀ ਤੇ ਗੁਰੂ ਸਾਹਿਬ ਪਰਮਾਤਮਾ ਦੀ ਕੀਰਤੀ ਸੁਣ ਰਹੇ ਸਨ। ਸਵੇਰ ਹੋਣ ਤੱਕ ਸਰਸਾ ਦਾ ਪਾਣੀ ਵੀ ਕੁਝ ਘੱਟ ਚੁੱਕਾ ਸੀ, ਪਰ ਹਜੇ ਵੀ ਪਾਰ ਲੰਘਣਾ ਔਖਾ ਜਾਪਦਾ ਸੀ। ਉੱਧਰ ਦੁਸ਼ਮਣ ਵੀ ਕਿੱਧਰ ਚਾਂਗਾ ਮਾਰਦਾ ਸਰਸਾ ਨਦੀ ਤੇ ਪਹੁੰਚਿਆ। ਇੱਥੇ ਫਿਰ ਉਹ ਜੰਗ ਹੋਈ ਜਿਸ ਦਾ ਕੋਈ ਹਿਸਾਬ ਕਿਤਾਬ ਨਹੀਂ ਲਾਇਆ ਜਾ ਸਕਦਾ। ਇਹ ਜੰਗ ਭਿਆਨਕ ਤੋਂ ਵੀ ਭਿਆਨਕ ਸੀ। ਵੈਰੀ ਸਮਝਦਾ ਸੀ ਕਿ ਹੁਣ ਗੁਰੂ ਸਾਡੇ ਹੱਥੋਂ ਬਚ ਕੇ ਨਹੀਂ ਜਾ ਸਕਦਾ, ਪਰ ਗੁਰੂ ਦੇ ਸਿੰਘਾਂ ਨੇ ਵੈਰੀ ਨੂੰ ਆਪਣੇ ਹਿੱਕ ਦੇ ਜ਼ੋਰ ਤੇ ਡੱਕੀ ਰੱਖਿਆ। ਸਤਿਗੁਰੂ ਜੀ ਵੱਲ ਕਿਸੇ ਨੂੰ ਵੀ ਫੜਕਣ ਨਹੀਂ ਦਿੱਤਾ। ਜਿਹੜਾ ਵੀ ਅੱਗੇ ਵਧਿਆ ਉਸਨੂੰ ਬੁਰੀ ਤਰ੍ਹਾਂ ਚੀਰ ਸੁੱਟਿਆ। ਗੁਰੂ ਜੀ ਨੇ ਮੌਕੇ ਦੇ ਹਾਲਾਤ ਵੇਖਦਿਆਂ ਸਰਸਾ ਨਦੀ ਨੂੰ ਪਾਰ ਕਰਨ ਦਾ ਹੁਕਮ ਦਿੱਤਾ। ਸਰਸਾ ਨਦੀ ਵੀ ਆਪਦੇ ਉਫਾਨ ਤੇ ਵਗ ਰਹੀ ਸੀ, ਪਾਣੀ ਘਟਦਾ ਨਜ਼ਰ ਆ ਨਹੀਂ ਰਿਹਾ ਸੀ। ਗੁਰੂ ਸਾਹਿਬ ਨੇ ਆਪਦੇ ਰੁੜਦੇ ਜਾਂਦੇ ਸਿੰਘਾਂ ਨੂੰ ਵੇਖ ਕੇ ਜੋਸ਼ ਨਾਲ ਸਰਸਾ ਨੂੰ ਕਿਹਾ ਕਿ ਇਸ ਵੇਲੇ ਤੂੰ ਆਪਣੇ ਪਾਣੀ ਨੂੰ ਵਧਾ ਕੇ ਵੱਡੀ ਮਾਰ ਕੀਤੀ ਹੈ। ਇਹ ਕਹਿ ਕੇ ਗੁਰੂ ਜੀ ਨੇ ਆਪਣਾ ਘੋੜਾ ਪਾਣੀ ਵਿੱਚ ਤਾਰ ਦਿੱਤਾ। ਸਰਸਾ ਦੇ ਵਿਚਕਾਰ ਰੋਕ ਕੇ ਪਿੱਛੇ ਵੈਰੀ ਦੇ ਬੜੇ ਤੀਰ ਛੱਡੇ ਅਤੇ ਕਈ ਨਾਮੀ ਜਰਨੈਲ ਸਦਾ ਲਈ ਢੇਰ ਕਰ ਦਿੱਤੇ, ਪਰ ਨਦੀ ਦੇ ਤੇਜ ਵਹਾ ਕਰਕੇ ਸਾਰਾ ਵਹੀਰ ਖਿੰਡ ਗਿਆ। ਬਹੁਤੇ ਸਿੰਘ ਸ਼ਹੀਦੀਆਂ ਪਾ ਗਏ, ਕਈਆਂ ਨੂੰ ਪਾਣੀ ਦਾ ਤੇਜ ਵੇਗ ਰੋੜ ਕੇ ਲੈ ਗਿਆ ਅਤੇ ਕੁਝ ਸਿੰਘ ਪਾਰ ਹੋ ਗਏ। ਪਾਤਸ਼ਾਹ ਵੱਲੋਂ ਕਈ ਸਾਲਾਂ ਦੀ ਮਿਹਨਤ ਨਾਲ ਲਿਖੇ ਗ੍ਰੰਥਾਂ ਸਮੇਤ ਵਿਦਿਆ ਸਰ ਵੀ ਸਰਸਾ ਦੀ ਭੇਡ ਚੜ ਗਿਆ। ਇੰਨੇ ਸ਼ੋਰ ਵਿੱਚ ਇੱਕ ਦੂਜੇ ਆਵਾਜ਼ ਮਾਰੀ ਵੀ ਸੁਣਾਈ ਨਾ ਦਿੰਦੀ। ਕਈ ਸਿੱਖ ਬੀਬੀਆਂ ਤੇ ਬਿਰਦ ਵੀ ਸ਼ਹੀਦੀਆਂ ਪਾ ਗਏ, ਕਈ ਬੱਚੇ ਵੀ ਮਾਰੇ ਗਏ। ਸਤਿਗੁਰੂ ਜੀ ਦਾ ਪਰਿਵਾਰ ਵੀ ਪੂਰੀ ਤਰ੍ਹਾਂ ਵਿਛੜ ਗਿਆ। ਵੀਰਾਂ ਨਾਲੋਂ ਵੀਰ ਐਸੇ ਵਿਛੜੇ ਕਿ ਫਿਰ ਦੁਬਾਰਾ ਮਿਲ ਨਾ ਸਕੇ। ਵੱਡੇ ਸਾਹਿਬਜ਼ਾਦੇ ਗੁਰੂ ਜੀ ਨਾਲ ਸਰਸਾ ਪਾਰ ਕਰਕੇ ਚਮਕੌਰ ਦੀ ਗੜੀ ਵੱਲ ਚਲੇ ਗਏ। ਗੁਰੂ ਕੇ ਮਹਿਲ ਤੇ ਭਾਈ ਮਨੀ ਸਿੰਘ ਜੀ ਦੇ ਜਥੇ ਸਮੇਤ ਦਿੱਲੀ ਚਲੇ ਗਏ, ਪਰ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਸਰਸਾ ਪਾਰ ਨਾ ਕਰ ਸਕੇ। ਉਹਨਾਂ ਨਾਲ ਇੱਕ ਸੇਵਕ ਤੇ ਦਾਸੀ ਸੀ, ਉਹ ਵਿਛੜ ਕੇ ਕਿਤੇ ਕਿਧਰੇ ਹੋਰ ਪਾਸੇ ਚਲੇ ਗਏ। ਫਿਰ ਦਾਦੀ ਅਤੇ ਸਾਹਿਬਜ਼ਾਦੇ ਸਰਸਾ ਦੇ ਕਿਨਾਰੇ ਕਿਸੇ ਓਜੜ ਰਾਹਾਂ ਵੱਲ ਤੁਰ ਪਏ। ਸਰਸਾ ਦੇ ਕਿਨਾਰੇ ਬਹੁਤ ਕਹਿਰ ਵਰਤਿਆ, ਸਭ ਕੁਝ ਹੱਸਦਾ ਵੱਸਦਾ ਉਜੜ ਗਿਆ। ਪੰਥ ਵਸੇ ਮੈਂ ਉਜੜਾਂ, ਕਲਗੀਧਰ ਜੀ ਦੇ ਬੋਲਾਂ ਵਾਲੀ ਕਹਾਣੀ ਸੱਚ ਹੋ ਗਈ। ਸੱਤ ਪੋਹ ਦੀ ਚੜ੍ਹਦੀ ਸਵੇਰ ਗੁਰੂ ਸਾਹਿਬ ਦੇ ਪਰਿਵਾਰ ਨੂੰ ਵਿਛੋੜਨ ਵਾਲੀ ਮੰਦਭਾਗੀ ਹੋ ਨਿਬੜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।